بسم اللہ الرحمن الرحیم. السلام علیکم دوستو, امید ہے سب دوست سب بھائی خیریت نال ہو دے. دوستو میرا نام عمران اسلم ہے وڑیچ ہاں, تے حاجی صاحب دا نام حاجی محمد اسلم وڑیچ نے, میرے والد صاحب نے, تے تسی دیکھ رہے ہو مویشی منڈی ٹی وی چینل. دوستو ساڈی لوکیشن ضلع سرگودا تھانہ جاوریاں چک حیات پورے. میں بیسیکلی سعودی عربیہ ہوں وہاں شوق ہے ਅਤੇ ਸਾਰੇ ਕੰਮ ਦੋਸਤੋ ਸ਼ੌਕ ਨਾਲ ਹੁੰਦੇ ਨੇ. ਦੋਸਤੋ ਇਸ ਗਾਂ ਦੀ ਅੱਗੇ ਵੀ ਇੱਕ ਦੋ ਵੀਡੀਓ ਅਪਲੋਡ ਕੀਤੀ ਸੀ. ਅਲਹਮਦੁਲਿਲਾ ਅੱਲਾ ਪਾਕ ਖੈਰ ਵੀ ਆਫੀਅਤ ਨਾਲ ਜੀ ਮਾਲਕਾਂ ਤੱਕ ਪਹੁੰਚੇ ਜੀ, ਫਰੋਖਤ ਹੋ ਗਈ ਹੈ. ਅੱਲਾ ਉਹਨਾਂ ਨੂੰ ਨਸੀਬ ਕਰੇ ਜੀ, ਚੋਣੀ ਪੀਣੀ ਦੇ ਜੀ. ਬਹੁਤ ਅੱਛਾ ਜਾਨਵਰ ਹੈ, ਕਰਾਸ ਗਾਂ ਹੈ, ਅਤੇ ਜ਼ਿਆਦਾ ਸਾਹੀਵਾਲ ਹੈ, ਫਰੀਦੀਅਨ ਵੀ ਕਰਾਸ ਹੈ ਗਾਂ ਦੇ. ਠੰਡ ਚੰਗਾ, ਚੁਆਈ ਚੰਗੀ, ਘਰ ਰੱਖਣ ਵਾਲਾ ਬਹੁਤ ਅੱਛਾ ਜਾਨਵਰ ਹੈ. ਅੱਲਾ ਪਾਕ ਭਾਅ ਜੀ ਤੁਹਾਡੇ ਨਸੀਬ ਕਰੇ, ਅਤੇ ਉਮੀਦ ਹੈ ਵੀਡੀਓ ਵਾਚ ਜ਼ਰੂਰ ਕਰੋ ਦੇ ਤੁਸੀਂ, ਅਤੇ ਬਾਕੀ ਅੱਲਾ ਪਾਕ ਖੈਰ ਕਰੇ ਜੀ. ਬਹੁਤ ਅੱਛਾ ਜਾਨਵਰ ਜੀ, ਅਤੇ ਹਰ ਲਿਹਾਜ਼ ਨਾਲ ਅੱਛਾ. ਅਤੇ ਦੋਸਤੋ ਇਹਦੇ ਤੋਂ ਇਲਾਵਾ ਵੀ ਸਾਡੇ ਕੋਲ ਅਲਹਮਦੁਲਿਲਾ ਕਾਫੀ ਜਾਨਵਰ ਨੇ, ਗਾਵਾਂ ਵੀ ਹੈ ਨੇ, ਮੱਝਾਂ ਵੀ ਦੋ ਤਿੰਨ ਲਈਆਂ ਨੇ. ਮੱਝਾਂ ਲਈ ਅਪਲੋਡ ਨਹੀਂ ਕੀਤੀਆਂ, ਅੱਜ ਉਮੀਦ ਹੈ ਆ ਜਾਣ ਦੀਆਂ. ਸੌਦਾ ਵੀ ਇੱਕ ਬੰਦੇ ਨਾਲ ਹੋ ਰਿਹਾ, ਕੀ ਪਤਾ ਵੇਖੋ ਅਪਲੋਡ ਹੋਣੇ ਤੋਂ ਪਹਿਲਾਂ ਹੀ ਉਹ ਲੋਡ ਹੋ ਜਾਣ ਉਧਰੋਂ ਦੀ ਉੱਧਰ. ਅਤੇ ਚਲੋ ਖੈਰ ਹੋਵੇ, ਅੱਲਾ ਪਾਕ ਖੈਰ ਕਰੇ, ਨਸੀਬਾਂ ਦੀ ਗੱਲ ਹੈ. ਦੋਸਤੋ ਸਾਡੇ ਕੋਲ ਗਾਵਾਂ ਸੂਈਆਂ ਵੀ ਹੈ ਨੇ ਕੁਝ, ਚਾਰ ਪੰਜ ਗਾਵਾਂ, ਅਤੇ ਕੁਝ ਸੂਣ ਵਾਲੀਆਂ ਨੇ, ਅਤੇ ਇੱਕ ਹੋਰ ਗਾਂ ਵੀ ਉਹ ਵੀ ਵੇਚ ਦਿੱਤੀ ਹੈ. ਅੱਲਾ ਪਾਕ ਨਵੀਦ ਭਾਈ ਹੋਰਾਂ ਦੇ ਨਸੀਬ ਭਰੇ, ਖਾਰੀਆਂ ਦੇ ਬੰਦੇ ਨੇ ਉਹ ਵੀ ਇਨਸ਼ਾਅੱਲਾ ਗੱਡੀ ਆਈ ਡੇਰੇ 'ਤੇ, ਉਹ ਵੀ ਥੋੜ੍ਹੀ ਦੇਰ ਤੱਕ ਲੋਡ ਕਰਾਉਂਦੇ ਹਾਂ, ਅਤੇ ਉਹ ਵੀ ਇਨਸ਼ਾਅੱਲਾ ਅੱਜ ਅੱਲਾ ਪਾਕ ਖੈਰ ਕਰੇ, ਉਹਨਾਂ ਦੀ ਅਮਾਨਤ ਉਹਨਾਂ ਤੱਕ ਪਹੁੰਚ ਜਾਏਗੀ ਜੀ. ਅਤੇ ਦੋਸਤੋ ਖੈਰ ਹੋਵੇ, ਅੱਲਾ ਪਾਕ ਖੈਰ ਕਰੇ ਜੀ, ਖੈਰ ਹੋਣੀ ਚਾਹੀਦੀ. ਅੱਗੇ ਮੇਰਾ ਖੈਰ ਗਾਂ ਨੱਸ ਗਈ ਸਾਹਮਣੇ, ਫਿਰ ਫੜੀ ਨੇ ਗਾਂ, ਅਤੇ ਚਲੋ ਜੀ ਖੈਰ ਹੋਵੇ, ਅੱਲਾ ਖੈਰ ਕਰੇ ਜੀ. ਦੋਸਤੋ ਇਹਦੇ ਤੋਂ ਇਲਾਵਾ ਸਾਨੂੰ ਤੁਸੀਂ ਫਾਲੋ ਕਰ ਸਕਦੇ ਹੋ ਫੇਸਬੁੱਕ ਪੇਜ ਤੋਂ, ਫੇਸਬੁੱਕ ਲਿੰਕਸ ਤੋਂ. ਉਹਦੇ 'ਤੇ ਵੀ ਅਸੀਂ ਵੀਡੀਓ ਪਿਕਚਰ ਜਾਨਵਰਾਂ ਦੀ ਅਪਲੋਡ ਕਰਦੇ ਰਹਿੰਦੇ ਹਾਂ. ਕੋਈ ਦੋਸਤ ਯੂਟਿਊਬ ਨਹੀਂ ਇਸਤੇਮਾਲ ਕਰਦੇ, ਅਸੀਂ ਯੂਟਿਊਬ 'ਤੇ ਹੁਣ ਬਕਾਇਦਗੀ ਨਾਲ ਵੀਡੀਓ ਅਪਲੋਡ ਕਰਨਾ ਸ਼ੁਰੂ ਕੀਤੀਆਂ, ਨਹੀਂ ਤਾਂ ਜ਼ਿਆਦਾਤਰ ਪਹਿਲੇ ਫੇਸਬੁੱਕ 'ਤੇ ਮਾਲ ਅਪਲੋਡ ਕਰਦੇ ਸਾਂ ਜਾਂ ਉੱਥੇ ਇਲਾਕੇ 'ਚ. ਕਾਫੀ ਅਰਸੇ ਤੋਂ ਫੇਸਬੁੱਕ ਤੋਂ ਜਿਹੜੇ ਬੰਦੇ ਐਡ ਨੇ ਸਾਡੇ ਨਾਲ, ਸਾਨੂੰ ਬਹੁਤ ਪੁਰਾਣੇ ਜਾਣਦੇ ਨੇ. ਕੋਈ ਦੋਸਤ ਹੁਣ ਯੂਟਿਊਬ 'ਤੇ ਐਡ ਹੋ ਰਹੇ ਨੇ, ਨਾਲੇ ਅਸੀਂ ਯੂਟਿਊਬ 'ਤੇ ਇਸ ਤਰ੍ਹਾਂ ਬਕਾਇਦਗੀ ਨਾਲ ਵੀਡੀਓ ਅਪਲੋਡ ਕੀਤੀਆਂ ਹੀ ਨਹੀਂ, ਜਾਂ ਇਸ ਤਰ੍ਹਾਂ ਨਹੀਂ ਸਾਂ ਕਰਦੇ. ਕਦੀ ਕਦਾਰ ਕੀਤੀ, ਕਾਫੀ ਅਰਸੇ ਦਾ ਚੈਨਲ ਬਣਿਆ, 6 ਮਹੀਨੇ ਸਾਲ ਹੋ ਗਿਆ. ਪਹਿਲੇ ਕੁਝ ਕਰਦੇ ਰਹੇ, ਲੇਕਿਨ ਇਸ ਤਰ੍ਹਾਂ ਬਕਾਇਦਗੀ ਨਾਲ ਨਹੀਂ ਸਾਂ ਕਰਦੇ. ਅਤੇ ਦੋਸਤੋ ਖੈਰ ਹੋਵੇ, ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ, ਇਹਦੇ ਨਾਲ ਹੌਸਲਾ ਅਫਜ਼ਾਈ ਹੋ ਜਾਂਦੀ. ਦੋਸਤੋ ਦੋਸਤੋ ਗਾਂ 1,45,000 ਦੀ ਵਿਕੀ, ਮੈਨੂੰ ਯਾਦ ਨਾ ਰਹੇ. ਅੱਲਾ ਪਾਕ ਮਾਲਕਾਂ ਨੂੰ ਨਸੀਬ ਕਰੇ ਜੀ, ਚੋਣੀ ਪੀਣੀ ਦੇ ਜੀ. ਅਤੇ ਅਗਲੀ ਵੀਡੀਓ ਤੱਕ ਇਜਾਜ਼ਤ ਚਾਹਵਾਂਗਾ ਜੀ. ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ ਜੀ, ਦੁਆਵਾਂ ਯਾਦ ਰੱਖਿਓ ਜੀ.